ਪੰਜਾਬ ਨਿਊਜ਼ ਲਾਈਵ ਟੀਵੀ ਦੇਖ ਰਹੇ ਹੋ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਅਸੀਂ ਪੰਜਾਬੀ ਖਬਰਾਂ ਦਾ ਤਾਜ਼ਾ ਬੁਲੇਟਿਨ ਤੇ ਗੱਲਬਾਤ ਕਰਦੇ ਹਾਂ ਜੀ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੀ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦਿਓ ਤੇ ਸਾਡੇ ਨਾਲ ਜੁੜੇ ਰਹਿੰਦੇ ਲਈ ਚੈਨਲ ਨੂੰ ਬੀ ਸਬਸਕ੍ਰਾਈਬ ਕਰ ਲਿਓ ਤੇ ਬਾਦਿਆਂ ਜੀ ਹੁਣ ਦੀ ਪਹਿਲੀ ਵੱਡੀ ਖਬਰ ਦੇ ਵੱਲ ਗੁਰਦੁਆਰੇ ਦੇ ਪ੍ਰਧਾਨ ਜੀ ਨੂੰ ਲੈ ਕੇ ਜ਼ਬਰਦਸਤ ਝੜਪ ਸੰਗਰਾਮ ਮੌਕੇ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਚੱਲੀਆਂ ਤਲਵਾਰਾਂ ਤਾ ਦੋਸਤੋ ਫਰੀਦਕੋਟ ਦੇ ਜਰਮਾਨਾ ਕਲੋਨੀ ਦੇ ਵਿੱਚ ਆ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜੀ ਨੂੰ ਲੈ ਕੇ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਹੀ ਦੋ ਧਰਾਂ ਵਿਚਾਲੇ ਜ਼ਬਰਦਸਤਾਂ ਝੜਪ ਹੋ ਗਿਆ ਤੇ ਇਸ ਝੜਪ ਇੰਨੀ ਵੱਧ ਗਈ ਕਿ ਦੋਵਾਂ ਧਰਾਂ ਦੇ ਬਲੋਂ ਇੱਕ ਦੂਜੇ ਤੇ ਸਿਰਫ ਹੱਕ ਸਨ ਮੁੱਕੇ ਹੀ ਨਹੀਂ ਭਰਾਈ ਗਏ ਸਗੋਂ ਕਿਰਪਾਣਾ ਤੱਕ ਵੀ ਚੱਲ ਗਈਆਂ ਤੇ ਇਸ ਦੌਰਾਨ ਗੁਰਦੁਆਰਾ ਸਾਹਿਬ ਦੇ ਹਾਲ ਵਿੱਚ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਸਜਾਏ ਗਏ ਪਵਿੱਤਰ ਸ਼ਾਸਤਰ ਚੁੱਕ ਕੇ ਇੱਕ ਦੂਜੇ ਤੇ ਜਾਨ ਲੈਵਾ ਹਮਲਾ ਕਰ ਦਿੱਤਾ ਗਿਆ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਹੋਏ ਐਸ ਖੂਨੀ ਸੰਗਰਾਮ ਦੇ ਵਿੱਚ ਕਈਆਂ ਦੀਆਂ ਪੱਗਾਂ ਵੀ ਲੱਤ ਗਈਆਂ ਤੇ ਅੱਜ ਸੰਗਰਾਮ ਵਾਲੇ ਦਿਨ ਗੁਰਦੁਆਰਾ ਸਾਹਿਬ ਵਿੱਚ ਹੋਈ ਐਸ ਲੜਾਈ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ। ਐਸ ਵੀਡੀਓ ਦੇ ਵਿੱਚ ਦੋਵੇਂ ਧਿਰਾਂ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਗੁੱਥਮ ਗੁੱਥੀ ਹੁੰਦੀਆਂ ਵਿਖਾਈ ਦੇ ਰੀਆਂ ਹਨ। ਕੁਲਦੀਪ ਧਾਲੀਵਾਲ ਦਾ ਦਾਅਵਾ ਪੰਜਾਬ ਸਰਕਾਰ ਝੋਣ ਦੀ ਨਿਰਬਿਗਣ ਖਰੀਦ ਲਈ ਪੂਰੀ ਤਰ੍ਹਾਂ ਦੇ ਨਾਲ ਤਿਆਰ ਬਰ ਤਿਆਰ ਹੈ। ਤਾ ਦੋਸਤੋ ਪੰਜਾਬ ਸਰਕਾਰ ਇਸ ਸੀਜ਼ਨ ਦੇ ਵਿੱਚ ਝੋਨੇ ਦੀ ਨਰ ਵਿਗਣਾ ਖਰੀਦ ਦੇ ਲਈ ਪੂਰੀ ਤਰ੍ਹਾਂ ਦੇ ਨਾਲ ਤਿਆਰ ਹੈ। ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਮੰਡੀ ਬੋਰਡ ਆ ਪਵਨ ਵਿਖੇ ਮੰਡੀ ਬੋਰਡ ਦੇ ਅਧਿਕਾਰੀਆਂ ਤੇ ਮਾਰਕੀਟਾ ਕਮੇਟੀ ਸਖਤਰਾ ਦੇ ਨਾਲ ਉੱਚ ਪੱਧਰੀ ਮੀਟਿੰਗ ਕਰਕੇ ਮੰਡੀ ਬੋਰਡ ਦੇ ਬੋਲੋ ਨਰ ਵਿਗਣਾ ਖਰੀਦ ਦੇ ਲਈ ਕੀਤਿਆਂ ਗਈਆਂ ਸਾਰੀਆਂ ਤਿਆਰੀਆਂ ਬਾਰੇ ਵਿਚਾਰ ਵਟਾਂਦਰਾ ਕੀਤਾ। ਕੁਲਦੀਪ ਸਿੰਘ ਢਾਲੀਵਾਲ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਅਗਵਾਈ ਦੇ ਹੇਠ ਪੰਜਾਬ ਸਰਕਾਰ ਝੋਨੇ ਦੇ ਦਾਣੇ-ਦਾਣੇ ਦੀ ਖਰੀਦ ਅਤੇ ਚੁਕਾਈ ਦੇ ਨਾਲ-ਨਾਲ ਅਨਾਜ ਮੰਡੀਆਂ ਦੇ ਵਿੱਚ ਮਿਆਰੀ ਸਹੂਲਤਾਂ ਪ੍ਰਦਾਨ ਕਰਨ ਦੇ ਲਈ ਵੀ ਵਚਨਬੱਧ ਹੈ। ਖੇਤੀਬਾੜੀ ਮੰਤਰੀ ਨੇ ਅਧਿਕਾਰੀਆਂ ਨੂੰ ਅਨਾਜ ਮੰਡੀਆਂ ਦੇ ਵਿੱਚ ਸਾਰੇ ਨਾਜਾਇਜ਼ ਕਬਜ਼ੇ ਹਟਾਉਣ ਦੇ ਲਈ ਵਿਸ਼ੇਸ਼ ਮੁਹਿੰਮ ਚਲਾਉਣ ਦੇ ਨਿਰਦੇਸ਼ ਦਿੱਤੇ ਹਨ ਤੇ ਉਹਨਾਂ ਨੇ ਕਿਸਾਨਾਂ ਤੇ ਹੋਰ ਭਾਈਵਾਲਾਂ ਦੇ ਸਹੂਲਤ ਦੇ ਲਈ ਸਾਫ਼ ਸਪਾਈ ਪੀਣ ਵਾਲੇ ਪਾਣੀ, ਲਾਈਟਾਂ, ਪੱਖਾਨੇ ਆਦ ਸਾਰੇ ਲੋੜੀ ਦੇ ਪ੍ਰਬੰਧ ਕਰਨ ਦੇ ਲਈ ਕਿਹਾ ਗਿਆ ਹੈ। ਟੋਲ ਟੈਕਸ ਆ ਬਸੂਲਣ ਦੇ ਬਾਵਜੂਦ ਨੈਸ਼ਨਲ ਹਾਈਵੇ ਤੇ ਸਹੂਲਤਾਂ ਨਾ ਦੇਣ ਦੇ ਮਾਮਲੇ ਤੇ ਹਾਈ ਕੋਰਟ ਦੇ ਵੱਲੋਂ ਕੇਂਦਰ ਸਰਕਾਰ ਅਤੇ NHAI ਤੋਂ ਜਵਾਬ ਤਲਬ ਜੀ ਹਾਂ ਦੋਸਤੋ ਪੰਜਾਬ ਦੇ ਨੈਸ਼ਨਲ ਹਾਈਵੇ 44 ਤੇ ਟੋਲ ਬਸੂਲਣ ਦੇ ਬਾਵਜੂਦ ਸਹੂਲਤਾਂ ਨਾ ਹੋਣ ਦੇ ਰੂਪਾ ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਭਾਰਤ ਸਰਕਾਰ ਅਤੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਤੋਂ ਜਵਾਬ ਤਲਬ ਕੀਤਾ ਤੇ ਇਸ ਮਾਮਲੇ ਦੇ ਸੰਬੰਧਿਤ ਪਟੀਸ਼ਨ ਦਾਇਰ ਕਰਦੇ ਹੋਏ ਲੁਧਿਆਣਾ ਦੇ ਵਸਨੀਕ ਰਾਜੇਸ਼ ਥੋਰ ਅਤੇ ਉਹਨਾਂ ਨੇ ਐਡਵੋਕੇਟ ਸੰਜੀਪ ਗੁਪਤਾ ਦੇ ਰਾਹੀਂ ਕਿਹਾ ਹੈ ਕਿ ਨੈਸ਼ਨਲ ਹਾਈਵੇ 44 ਪੰਜਾਬ ਦੇ ਵਿੱਚੋਂ ਹੋ ਕੇ ਲੰਘਦਾ ਹੈ ਇਹ ਪੰਜਾਬ ਦੇ ਇਹਨਾਂ ਹਿੱਸਿਆਂ ਦੇ ਵਿੱਚੋਂ ਲੰਘਦਾ ਹੈ ਤੇ ਉੱਥੇ ਟੋਲ ਵਸੂਲਿਆ ਜਾਂਦਾ ਹੈ ਤੇ ਟੋਲ ਦੀ ਵਸੂਲੀ ਦੇ ਲਈ ਕੁਝ ਅਭਿਸ਼ੇ ਬਵਸਥਾ ਮਾਨਰਧਾਰਤਾਂ ਤੇ ਜਿਨ੍ਹਾਂ ਦੇ ਤਹਿਤ ਕੋਜਾ ਸੂਲਤਾ ਵੀ ਦਿੱਤੀਆਂ ਜਾਣੀਆਂ ਜ਼ਰੂਰੀ ਹਨ ਤੇ ਪੰਜਾਬ ਦੇ ਵਿੱਚ ਟੋਲ ਦੀ ਵਸੂਲੀ ਹੋਣ ਦੇ ਬਾਵਜੂਦ ਹਾਈਵੇ ਤੇ ਕੋਈ ਵੀ ਬਵਸਥਾ ਨਹੀਂ ਹੈ ਤੇ ਨਾ ਤਾਂ ਅੰਡਰਪਾਸ ਸਹੀ ਟੰਗ ਦੇ ਨਾਲ ਬਣਾਏ ਗਏ ਹਨ ਤੇ ਨਾ ਹੀ ਪਾਰਕਿੰਗ ਦਾ ਕੋਈ ਪ੍ਰਬੰਧ ਹੈ ਤੇ ਇਹ ਹਾਈਵੇ ਪਠਾਨਕੋਟ ਜਲੰਧਰ ਲੁਧਿਆਣਾ ਦੇ ਵਿੱਚੋਂ ਲੰਘਦਾ ਹੈ ਤੇ ਪਟੀਸ਼ਨ ਕਰਤਾ ਨੇ ਕਿਹਾ ਕਿ ਟੋਲ ਦੀ ਰਕਮ ਸਿਰਫ ਸੜਕ ਤੇ ਗੱਡੀ ਚਲਾਉਣ ਦੇ ਲਈ ਨਹੀਂ ਬਲਕਿ ਬਹੁਤ ਸਾਰੀਆਂ ਸਹੂਲਤਾਂ ਦੇ ਬਦਲੇ ਵਸੂਲੀ ਜਾਂਦੀ ਹੈ ਕੇਜਰੀਬਾਲ ਤੇ ਚੱਡਾ ਭਗਵੰਤ ਮਾਨ ਨੂੰ ਕੋਈ ਕੰਮ ਨਹੀਂ ਕਰਨ ਦੇ ਰੇ ਕੈਪਟਨ ਜੀहां ਦੋਸਤੋ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਲੋਕ ਕਾਂਗਰਸ ਦੇ ਮੁਖੀ ਕੈਪਟਨ ਅਮਰਿੰਦਰ ਸਿੰਘ ਅਗਲੇ ਹਫਤੇ ਭਾਰਤੀ ਜਨਤਾ ਪਾਰਟੀ ਭਾਜਪਾ ਵਿੱਚ ਸ਼ਾਮਲ ਹੋ ਜਾਣਗੇ ਤੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਕੈਪਟਨ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਆਪ ਦੇ ਸੰਸਦ ਮੈਂਬਰ ਰਗਵ ਚੱਡਾ ਤੇ ਤਿੱਖਾ ਨਿਸ਼ਾਨਾ ਸਾਧਿਆ ਹੈ ਉਹਨਾਂ ਨੇ ਕੇਜਰੀਵਾਲ ਤੇ ਚੱਡਾ ਤੇ ਪੰਜਾਬ ਸਰਕਾਰ ਦੇ ਕੰਮ ਕਾਜ ਦੇ ਵਿੱਚ ਦਖਲ ਦੇਣ ਦਾ ਦੋਸ਼ ਲਗਾਇਆ ਹੈ ਤੇ ਇੱਕ ਇੰਟਰਵਿਊ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਦਾ ਸਾਰਾ ਕੰਮ ਰਗਵਚੱਡਾ ਕਰਦਾ ਹੈ ਦੱਸਣਯੋਗ ਹੈ ਕਿ ਹਾਲ ਹੀ ਦੇ ਵਿੱਚ ਸੀਮਾ ਸੁਰੱਖਿਆ ਬਲ ਨੇ ਸਰਹੱਦੀ ਖੇਤਰ ਨੇ ਬੱਚੇ ਗੈਰ ਕਾਨੂੰਨੀ ਮਾਈਨਿੰਗ ਤੇ ਚਿੰਤਾ ਪ੍ਰਗਟਾਈਆ ਜਦੋਂ ਕੈਪਟਨ ਤੋਂ ਪੁੱਛਿਆ ਗਿਆ ਹੈ ਕਿ ਆਪ ਸਰਕਾਰ ਦੀ ਪ੍ਰਤੀਕਿਰਿਆ ਕਿਵੇਂ ਰਹੀ ਹੈ ਤਾਂ ਉਹ ਕੈਰੀ ਬਲ ਤੇ ਰਗਵਚੱਡਾ ਦਾ ਨਾਂ ਸੁਣ ਕੇ ਗੁੱਸੇ ਵਿੱਚ ਆ ਗਏ ਵਿਜੀਲੈਂਸ ਨੇ ਐਸਆਈ ਅਤੇ ਪ੍ਰਾਈਵੇਟ ਵਿਅਕਤੀ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ ਤਾਂ ਦੋਸਤੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੁਭਾ ਸਰਕਾਰ ਦੇ ਵੱਲੋਂ ਭ੍ਰਸ਼ਟਾਚਾਰ ਦੇ ਵਿਰੁੱਧ ਅਪਣਾਈ ਗਈ ਜ਼ੀਰੋ ਸਹਿਣ ਸਹਿਤਾ ਦੀ ਨੀਤੀ ਨੂੰ ਮੱਖਾ ਰੱਖਦਿਆ ਪੰਜਾਬ ਵਿਜੀਲੈਂਸ ਬਿਊਰੋ ਨੇ ਆਪਣੀ ਚੱਲ ਰਹੀ ਮੁਹਿੰਮ ਦੇ ਦੌਰਾਨ ਇੱਕ ਪ੍ਰਾਈਵੇਟ ਵਿਅਕਤੀ ਕਰਮਜੀਤ ਸਿੰਘ ਕੰਮਾਂ ਨੂੰ ਬਿਜਲੀ ਚੋਰੀ ਦੇ ਵਿਰੁੱਧ ਪੁਲਿਸ ਥਾਣਾ ਪੀਐਸਾ ਪੀਸੀਐਲ ਲੁਧਿਆਣਾ ਵਿਖੇ ਤਾਇਨਾਤ ਐਸਆਈ ਹਰਪ੍ਰੀਤ ਸਿੰਘ ਦੇ ਤਰਫੋਂ 5000 ਰੁਪਏ ਦੀ ਰਿਸ਼ਵਤ ਦਾ ਲੈੰਦਾ ਰੰਗੇ ਹੱਥੀ ਕਾਬੂ ਕੀਤਾ ਹੈ ਐਸ ਇਸ ਸੰਬੰਧੀ ਪੂਰੀ ਜਾਣਕਾਰੀ ਦਿੰਦਿਆਂ ਪੰਜਾਬ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਹੈ ਕਿ ਮਲਜਮਾ ਐਸਆਈ ਹਰਪ੍ਰੀਤ ਸਿੰਘ ਅਤੇ ਕਰਮਜੀਤ ਸਿੰਘ ਤਰਲੋਚਨ ਸਿੰਘ ਵਾਸੀ ਮੰਡੀ ਗੁਵਿੰਦਗੜ੍ਹ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਸ਼ਿਕਾਇਤ ਤੇ ਗ੍ਰਿਫਤਾਰ ਕੀਤਾ ਗਿਆ ਹੈ ਟੁਆਟਵਾਈ ਦੇ ਟੈਂਡਰਾਂ ਬਹਾਨੇ ਜਾਲੀ ਰਜਿਸਟ੍ਰੇਸ਼ਨ ਨੰਬਰਾਂ ਤੇ ਅਲਰਟ ਕਰਨ ਸਬੰਧੀ ਵਿਜੀਲੈਂਸ ਦੀ ਕਾਰਵਾਈ ਤਾਂ ਦੋਸਤੋ ਪੰਜਾਬ ਵਿਜੀਲੈਂਸ ਬਿਊਰੋ ਦੇ ਵੱਲੋਂ ਪ੍ਰਾਟਾਚਾਰ ਦੇ ਵਿਰੁੱਧ ਜਾਰੀ ਮੁਹਿੰਮ ਦੇ ਦੌਰਾਨ ਫਰੀਦਕੋਟ ਜਿਲ੍ਹੇ ਵਿੱਚ ਜੈਤੂ ਅਤੇ ਕੋਟਕਪੁਰਾ ਦੀਆਂ ਅਨਾਜ ਮੰਡੀਆਂ ਦੇ ਲਈ ਟੁਆਟਵਾਈ ਟੈਂਡਰਾਂ ਮਨਜ਼ੂਰਆ ਕਰਨ ਅਤੇ ਐਸਾ ਅਮਲ ਦੇ ਵਿੱਚ ਬੇਨਜਮੀਆਂ ਕਰਨ ਦੇ ਦੋਸ਼ ਦੇ ਹੇਠਾਂ ਹਕਤੋਂ ਦੋਵਾਂ ਮੰਡੀਆਂ ਦੇ ਪੰਜਾ ਠੇਕੇਦਾਰਾਂ ਦੇ ਨਾਲ-ਨਾਲ ਖੁਰਾਕ ਅਤੇ ਸਿਵਲ ਸਪਲਾਈ ਦੇ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਸਮੇਤ ਸਬੰਧਤ ਖਰੀਦ 에ਜੰਸੀਆਂ ਦੇ ਕਰਮਚਾਰੀਆਂ ਦੇ ਵਿਰੁੱਧ ਕੇਸ ਅਰਜ ਕੀਤਾ ਗਿਆ ਹੈ। ਅੱਜ ਇਥੇ ਇਹ ਪ੍ਰਗਟਾਵਾ ਕਰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰਿਆਂ ਦੱਸਿਆ ਹੈ ਕਿ ਪ੍ਰਾਪਤ ਸ਼ਿਕਾਇਤ ਨੰਬਰ 51/2022 ਪ੍ਰੀਰਕੋਟ ਵਿੱਚ ਲਗਾਏ ਗਏ ਦੋਸ਼ਨੀ ਪੜਤਾਲ ਦੇ ਅਪਰੰਤ ऋषु मित्तल ठेकेदार पवन कुमार ठेकेदार बिशु मित्तल ठेकेदार ते प्रेम चंदा ठेकेदार जोगेश गुप्ता ठेकेदार दे खिलाफ मुकदमा नंबर 20/15/9/2022 दे आईपीसी धारा 420 409 467 468 ते 471 120 बीआईपी सी अते प्रहटा चारकू कानून दे धारा 7 8 12 13 तहत थाना विजिलेंस ब्यूरो ਅਰੇਂਜ ਆ ਪ੍ਰੋਪਰ ਵੇਖੇ ਦਰਜ ਕਰਕੇ ਬਾਕੀ ਦੋਸ਼ੀਆਂ ਤੇ ਹੋਰ ਸ਼ੱਕੀ ਵਿਅਕਤੀਆਂ ਦੀ ਭੂਮਿਕਾ ਵਿਚਾਰੀ ਜਾਵੇਗੀ ਪੰਜਾਬ ਡੈਰੀ ਵਿਕਾਸ ਬੋਰਡ ਦੇ ਵੱਲੋਂ ਕਰਵਾਇਆ ਜਾਵੇਗਾ ਮੁਫਤ ਡੈਰੀ ਕੋਰਸ ਇੰਜ ਜਮਾ ਕਰਵਾ ਸਕਦੇ ਹੋ ਬਿਨੈ ਪੱਤਰ ਤਾਂ ਦੋਸਤੋ ਡਿਪਟੀ ਕਮਿਸ਼ਨਰ ਰੂਪਨਗਰ ਡਾਕਟਰ ਪ੍ਰੀਤਿਵ ਜਾਦਵ ਨੇ ਜਾਣਕਾਰੀ ਦੰਤਾ ਦੱਸਿਆ ਕਿ ਪੰਜਾਬ ਡੈਰੀ ਵਿਕਾਸ ਬੋਰਡ ਦੇ ਵੱਲੋਂ ਐਸੀ ਲਾਭਪਾਤਰੀਆਂ ਨੂੰ 2 ਹਫ਼ਤਿਆਂ ਦਾ ਮੁਫਤ ਡੈਰੀ ਸਕਲਾਈ ਕੋਰਸ ਕਰਵਾਇਆ ਜਾਵੇਗਾ ਜੋ ਕਿ 27 ਸਤੰਬਰ ਤੋਂ ਡੇਰੀ ਸਖਲਾਈ ਕੇਂਦਰ ਚਤਾਮਲੀ ਵਿਖੇ ਸ਼ੁਰੂ ਹੋ ਰਿਹਾ ਹੈ ਇਸ ਸਬੰਧੀ ਇੰਟਰਵਿਊ 19 ਸਤੰਬਰ ਨੂੰ ਸਵੇਰੇ 11 ਵਜੇ ਦਫ਼ਤਰ ਡੈਪਟੀ ਡਾਇਰੈਕਟਰ ਡੈਰੀ ਰੂਪਨਗਰ ਵਿਖੇ ਰੱਖੀ ਗਈ ਆ ਤੇ ਡੈਪਟੀ ਡਾਇਰੈਕਟਰ ਡੈਰੀ ਵਿਕਾਸ ਵਿਭਾਗ ਸਰਦਾਰ ਗੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਐਸਾ ਸਖਲਾਈ ਸਕੀਮ ਦੇ ਤਹਿਤ ਸਖਲਾਈ ਉਹਨਾਂ ਵਿਅਕਤੀਗਾਂ ਨੂੰ ਦਿੱਤੀ ਜਾਵੇਗੀ ਜਿਨ੍ਹਾਂ ਦੀ ਉਮਰ 18 ਸਾਲ ਤੋਂ ਲੈ ਕੇ 50 ਸਾਲ ਦੇ ਦਰਮਿਆਨ ਹੋਵੇ ਘਟੋ ਘਟ ਪੰਜਵੀਂ ਪਾਸ ਹੋਣ ਅਤੇ ਅਨੁਸੂਚਿਤ ਜਾਤੀ ਦੇ ਨਾਲ ਸੰਬੰਧਿਤ ਹੁਣ ਤੇ ਪੰਜਾਬ ਸਰਕਾਰ ਦੇ ਵੱਲੋਂ ਇਹ ਸਖਲਾਈ ਮੁਫਤਾਂ ਕਰਵਾਈ ਜਾ ਰਹੀ ਹੈ ਤੇ ਹਦੀ ਕੋਈ ਵੀ ਫੀਸ ਨਹੀਂ ਹੈ ਬਲਕਿ ਸਖਿਆਰਤੀਆਂ ਨੂੰ ਸਖਲਾਈ ਦੇ ਉਪਰੰਤ 3500 ਰੁਪਏ ਪ੍ਰਤੀ ਸਖਿਆਰਤੀ ਵਜੀਫਾ ਵੀ ਦਿੱਤਾ ਜਾਵੇਗਾ ਵਿਦੇਸ਼ਾਂ ਭੇਜਣ ਦੇ ਨਾਂ ਤੇ ਧੋਖੇਬਾਜ਼ ਏਜੰਟਾਂ ਤੇ ਜਲੰਧਰ ਪ੍ਰਸ਼ਾਸਨ ਦਾ ਸਕੰਜਾ 1320 ਏਜੰਟਾਂ ਦੀ ਸੂਚੀ ਹੋਈ ਤਿਆਰ ਜੀਹਾਂ ਦੋਸਤੋ ਹਰ ਗੁਜ਼ਰਦੇ ਦਿਨ ਦੇ ਨਾਲ ਇਮੀਗ੍ਰੇਸ਼ਨਾਂ ਧੋਖਾਧੜੀ ਦੇ ਨਾਲ ਜੁੜੀਆਂ ਖਬਰਾਂ ਸਾਹਮਣੇ ਆਉਂਦੀਆਂ ਹੀ ਰਹਿੰਦੇ ਹਨ ਤੇ ਜਲੰਧਰ ਜ਼ਿਲ੍ਹੇ ਦੇ ਵਿੱਚ ਏਜੰਟਾਂ ਦੇ ਵੱਲੋਂ ਲੋਕਾਂ ਨੂੰ ਵਿਦੇਸ਼ਾਂ ਭੇਜਣ ਦੇ ਨਾਂ ਤੇ ਠੱਗੀ ਮਾਰਨ ਦੇ ਮਾਮਲੇ ਦਿਨ-ਬਦਨ ਵਧਦੇ ਜਾ ਰਹੇ ਹਨ ਹੁਣ ਤੱਕ ਪ੍ਰਸ਼ਾਸਨ ਨੇ ਏਜੰਟਾਂ ਦੀ ਸੂਚੀ ਬਣਾ ਲਈ ਅਤੇ ਇਹਨਾਂ ਦੀ ਗਿਣਤੀ 1320 ਤੱਕ ਪਹੁੰਚ ਗਈ ਹੈ ਤੇ ਉਕਤ ਸਾਰੇ ਏਜੰਟਾਂ ਦੇ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਪ੍ਰਸ਼ਾਸਨ ਦੇ ਵੱਲੋਂ ਇਹਨਾਂ ਏਜੰਟਾਂ ਦੇ ਖਿਲਾਫ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਸਨ ਉਨਾਣੇ ਜ਼ਿਲ੍ਹਾ ਪ੍ਰਸ਼ਾਸਨ ਦੇ ਕੋਲ ਆਪੇਸ਼ ਹੁੰਦੀ ਵੀ ਕੋਸ਼ਿਸ਼ ਨਹੀਂ ਕੀਤੀ ਤੇ ਉਹਨਾਂ ਨੂੰ ਲਾਇਸੈਂਸ ਦੇਣ ਵਾਲੇ ਪ੍ਰਸ਼ਾਸਨ ਨੇ ਹੁਣ ਉਹਨਾਂ ਨੂੰ ਸਾਬਕਾ ਸਕਾਉਣ ਦੇ ਲਈ ਉਹਨਾਂ ਦੇ ਵਿਰੁੱਧ ਠੋਸ ਠੋਸ ਕਾਰਵਾਈ ਕਰਨ ਦਾ ਫੈਸਲਾ ਕੀਤਾ ਹੈ। ਮਾਨ ਸਰਕਾਰ ਦੇ ਆਮ ਆਦਮੀ ਕਲੀਨਿਕ ਦਾ 1 ਮਹੀਨਾ ਪੂਰਾ ਜੀ ਹਾਂ ਦੋਸਤੋ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਯਾਨੀ ਕਿ ਮਾਨ ਸਰਕਾਰ ਦੇ ਆਮ ਆਦਮੀ ਕਲੀਨਿਕ ਦਾ 1 ਮਹੀਨਾ ਪੂਰਾ ਹੋ ਗਿਆ ਤੇ ਪੰਜਾਬ ਸਰਕਾਰ ਦੇ ਵੱਲੋਂ 15 ਅਗਸਤ ਨੂੰ 100 ਆਮ ਆਦਮੀ ਕਲੀਨਿਕਾਂ ਦੀ ਸ਼ੁਰੂਆਤ ਕੀਤੀ ਗਈ ਤੇ ਸੋ ਆਮ ਆਦਮੀ ਕਲੀਨਿਕ ਦੇ ਵਿੱਚ 100 ਟੈਸਟਾਂ ਦੇ ਨਾਲ ਨਾਲ 41 ਪੈਕੇਜ ਦੀ ਸਹੂਲਤ ਵੀ ਮੌਜੂਦ ਹੈ ਤੇ ਪਹਿਲੇ 1 ਮਹੀਨੇ ਦੇ ਵਿੱਚ ਆਮ ਆਦਮੀ ਕਲੀਨਿਕ ਦੇ ਵਿੱਚ 1,61,354 ਲੋਕਾਂ ਦਾ ਇਲਾਜ ਕੀਤਾ ਗਿਆ ਹੈ ਅਤੇ 20,656 ਲੋਕਾਂ ਨੇ ਮੁਫਤ ਲੈਬ ਟੈਸਟ ਦੀ ਸਹੂਲਤ ਦੀ ਵਰਤੋਂ ਕੀਤੀ ਹੈ 95.32 ਕੁਇੰਟਲ ਪ੍ਰਤੀ ਹੈਕਟੇਅਰ ਝਾੜ ਦੇਣ ਵਾਲੀ ਕਣਕ ਦੀ ਇਹ ਕਿਸਮ ਕਿਸਾਨਾਂ ਨੂੰ ਕਰ ਦੇਵੇਗੀ ਮਾਲੂ ਮਾਲ ਯਾ ਦੋਸਤੋ ਅਕਸਰ ਕਿਸਾਨ ਨਮੀਆਂ ਕਿਸਮਾਂ ਦੇ ਭਾਲ ਦੇ ਵਿੱਚ ਰਹਿੰਦਾ ਜੋ ਘੱਟ ਸਮੇਂ ਦੇ ਵਿੱਚ ਵੱਧ ਝਾੜ ਦਿੰਦੀਆਂ ਹੁਣ ਤੇ ਜੇਕਰ ਗੱਲ ਹਾੜੀ ਸੀਜ਼ਨ ਦੀ ਹੋਵੇ ਤਾਂ ਕਣਕ ਦੀਆਂ ਨਮੀਆਂ ਕਿਸਮਾਂ ਹਮੇਸ਼ਾ ਕਿਸਾਨਾਂ ਦੇ ਲਈ ਖੇਤ ਦਾ ਕੇਂਦਰ ਰਹਿੰਦੀਆਂ ਹਨ ਦੱਸ ਰਿਹਾ ਕਿ ਸੋਨੀ ਸੀਜ਼ਨ ਲਗਭਗ ਖਤਮ ਹੋਣ ਦੇ ਨੇੜੇ ਤੇੜਿਆ ਤੇ ਕਿਸਾਨ ਹੁਣ ਹਾੜੀ ਦੀ ਬਿਜਾਈ ਦੀ ਤਿਆਰੀ ਦੇ ਲਈ ਖੇਤ ਤਿਆਰ ਕਰ ਰਹੇ ਹਨ ਅਜਿਹੇ ਵਿੱਚ ਅੱਜ ਅਸੀਂ ਕਿਸਾਨ ਭਰਾਵਾਂ ਨੂੰ 95.32 ਕੁਇੰਟਲ ਪ੍ਰਤੀ ਹੈਕਟੇਅਰ ਝਾੜ ਦੇਣ ਵਾਲੀ ਕਣਕ ਦੀ ਨਵੀਂ ਕਿਸਮ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜਿਸ ਤੋਂ ਕਿਸਾਨ ਵੜਿਆ ਮੁਨਾਫਾ ਕਮਾ ਸਕਦੇ ਹਨ ਤੇ ਸੌਣੀ ਦੇ ਖੇਤ ਖਾਲੀ ਹੋਣ ਜਾ ਰਹੇ ਹਨ ਤੇ ਹੁਣ ਕਿਸਾਨ ਹਾੜੀ ਦੀ ਬਜਾਈ ਦੀ ਤਿਆਰੀ ਲਈ ਖੇਤ ਤਿਆਰ ਕਰ ਰਹੇ ਹਨ ਤੇ ਹਾੜੀ ਦੇ ਸੀਜ਼ਨ ਦੌਰਾਨ ਸਭ ਤੋਂ ਵੱਧ ਉਤਪਾਦਨ ਦੇਣ ਵਾਲੀ ਫਸਲ ਹੈ ਕਣਕ ਦੀ ਕਿਸਾਨ ਆਪਣੀਆਂ ਜੋਈਨਾਮਾ ਬਣਾਉਣ ਦੇ ਵਿੱਚ ਰੁੱਝੇ ਨਜ਼ਰ ਆ ਰਹੇ ਹਨ ਤੇ ਅਜਿਹੇ ਵਿੱਚ ਅਸੀਂ ਆਪਣੇ ਕਿਸਾਨ ਭਰਾਵਾਂ ਦੇ ਲਈ ਕਣਕ ਦੇ ਬੀ ਦੀ ਅਨਾਮੀ ਕਿਸਮ ਬਾਰੇ ਜਾਣਕਾਰੀ ਲੈ ਕੇ ਆਏ ਹਾਂ ਜਿਸ ਤੋਂ ਕਿਸਾਨ 95.32 ਕੁਇੰਟਲ ਪ੍ਰਤੀ ਹੈਕਟੇਅਰ ਝਾੜ ਪ੍ਰਾਪਤ ਕਰ ਸਕਦੇ ਹਨ ਮੌਜੂਦਾ ਜਾਣਕਾਰੀ ਦੇ ਲਈ ਦੱਸ ਰਿਹਾ ਕਿ ਐਚ ਆਈ 8663 ਨਾਂ ਦਾ ਸਭ ਤੋਂ ਵੱਧ ਕਣਕ ਦੀ ਕਿਸਮ ਪੈਦਾ ਕਰਨ ਵਿੱਚ ਮੋਰੀ ਹੈ ਇਹ ਵੀ ਦੱਸਿਆ ਜਾ ਰਿਹਾ ਕਿ ਐਚ ਆਈ 8663 ਕਿਸਾਨਾਂ ਦੇ ਲਈ ਉੱਚ ਗੁਣਵੱਤਾ ਅਤੇ ਉੱਚ ਉਤਪਾਦਕਤਾ ਵਾਲੀ ਕਣਕ ਦੀ ਜੀਨੋ ਟਾਈਪਾ ਵਿਸ਼ੇਸ਼ਤਾ ਵਾਲੀ ਕਿਸਮ ਹੈ ਤੇ ਇਹ ਕਿਸਮ ਕਣਕ ਦੇ ਝਾੜ ਵਿੱਚ ਮੋਹਰੀ ਹੋਵੇਗੀ ਤੇ ਇਸ ਦੇ ਨਾਲ 95.32 ਹਕਟੇਅਰ ਕਣਕ ਦਾ ਝਾੜ ਆਵੇਗਾ। ਗ੍ਰਾਂਤੀ ਸਿੰਘ ਨੇ ਸ਼ਰਾਬ ਦੇ ਠੇਕੇ ਵਾਲੇ ਦੇ ਘਰ ਕੀਤਾ ਸੁਖਮਨੀ ਸਾਹਿਬ ਦਾ ਪਾਠ ਸਤਕਾਰ ਕਮੇਟੀ ਦੇ ਵੱਲੋਂ ਕਾਰਵਾਈ ਦੀ ਮੰਗ। ਤਾਂ ਦੋਸਤੋ ਤਰਨ ਤਰਨ ਚੇਲਾ ਕਲੋਨੀ ਦੇ ਇੱਕ ਘਰ ਵਿੱਚ ਸ਼ਰਾਬ ਦਾ ਠੇਕੇ ਤੇ ਚਿਰਾਗ ਜਗਦੇ ਹੁੰਦੇ باوجود ਵੀ ਗ੍ਰਾਂਤੀ ਸਿੰਘ ਅਤੇ ਸੇਵਾਦਾਰ ਦੇ ਵੱਲੋਂ ਪਾਠ ਆਰੰਭਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਾਬਰ ਡਿਵੀਜ਼ਨ ਆ ਪਿੱਖੀਪੈਂਡ ਦੇ ਅਧੀਨ ਪੈਂਦੇ ਚੇਲਾ ਕਲੋਨੀ ਦੇ ਇੱਕ ਘਰ ਦੇ ਵਿੱਚ ਹੋਈ ਮਾਰਗ ਨੂੰ ਲੈ ਕੇ ਸਤਿ ਸ੍ਰੀ ਅਕਾਲ ਗੁਰਦੁਆਰਾ ਅਮਰ ਸ਼ਹੀਦਾਂ ਧੰਨ ਧੰਨ ਬਾਬਾ ਸੁੱਖਾ ਸਿੰਘ ਜੀ ਚੇਲਾ ਕਲੋਨੀ ਦੇ ਸੇਵਾਦਾਰ ਅਤੇ ਗ੍ਰਾਂਥੀ ਸੰਗਰੇ ਵੱਲੋਂ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਆਰੰਭ ਕਰਵਾਏ ਗਏ ਸੰਤੇ ਜਾ ਕੇ ਅਪਰੋਧਕ ਘਰ ਦੇ ਅੰਦਰ ਬਣੀ ਦੁਕਾਨ ਦੇ ਵਿੱਚ ਸ਼ਰਾਬ ਦਾ ਠੇਕਾ ਤੇ ਇੱਕ ਕਮਰੇ ਦੇ ਵਿੱਚ ਚਿਰਾਗ ਜਗਦੇ ਹੁਣ ਸਬੰਧੀ ਕਰਵਾਲੇ ਦੇ ਵੱਲੋਂ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਅਤੇ ਗ੍ਰਾਂਥੀ ਸਿੰਘ ਨੂੰ ਜਾਣੂ ਵੀ ਕਰਵਾਇਆ ਗਿਆ ਜਿਹਦੇ باوجود ਵੀ ਗ੍ਰਾਂਥੀ ਸਿੰਘ ਤੇ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਦੇ ਵੱਲੋਂ ਘਰ ਦੇ ਅੰਦਰ ਸ੍ਰੀ ਸ਼ੋਕਮਣੀ ਸਾਹਿਬ ਜੀ ਦੇ ਪਾਠ ਆਰੰਭ ਕਰਵਾਏ ਗਏ ਹੰਦ ਜਿਹਦੇ ਉਪਰੰਤ ਸਖਤ ਕਾਰਵਾਈ ਕਰਦਿਆ ਅਪਰੋਧਕਾ ਮਾਮਲੇ ਦੇ ਸੰਬੰਧੇ ਸਤਕਾਰ ਕਮੇਟੀ ਪੰਜਾਬ ਪ੍ਰਧਾਨ ਭਾਈ ਰਣਜੀਤ ਸਿੰਘ ਉਦੋਂ ਕਹਤੇ ਸਿੱਖ ਜੱਤੇ ਬੰਗਿਆਂ ਦੇ ਵੱਲੋਂ ਥਾਣਾ ਭਿੱਖੀ ਬਿੰਡ ਵਿਖੇ ਦਰਖਾਸਤ ਦੇ ਕੇ ਗ੍ਰਾਂਥੀ ਸਿੰਘ ਅਤੇ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਧਾਰਾ 295ਏ ਦੇ ਤਹਿਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਸਾਬਕਾ ਫੌਜੀਆਂ ਵੱਲੋਂ ਕੈਬਨਿਟ ਮੰਤਰੀ ਅਮੀਤ ਹਰ ਦੇ ਘਰ ਦੇ ਅੱਗੇ ਪ੍ਰਦਰਸ਼ਨਾਂ ਪੁਲਿਸ ਆ ਪ੍ਰਸ਼ਾਸਨ ਦੇ ਨਾਲ ਹੋਈ ਝੜਪ ਤਾਂ ਦੋਸਤੋ ਪੰਜਾਬ ਸਰਕਾਰ ਦੇ ਵੱਲੋਂ ਹਟਾਏ ਗਿਆ 4300 ਜੀਓਜੀ ਜ ਅਤੇ ਮੰਤਰੀ ਫੌਜਾ ਸੰਘਾ ਤੇ ਗੁਰਮੀਤ ਸੰਘਾ ਅਮੀਤ ਹਰ ਦੇ ਵੱਲੋਂ ਵਰਤੀ ਗਈ ਗਲਤ ਸ਼ਬਦਾਵਲੀ ਦੇ ਵਿਰੋਧ ਵਿੱਚ ਪੰਜਾਬ ਭਰ ਤੋਂ ਇਕੱਠੇ ਹੋਏ ਸਾਬਕਾ ਫੌਜੀਆਂ ਦੇ ਵੱਲੋਂ ਕੈਬਨਿਟ ਮੰਤਰੀ ਗੁਰਮੀਤ ਸੰਘਾ ਅਮੀਤ ਹਰ ਦਾ ਕਿਰਾਉ ਕੀਤਾ ਗਿਆ। ਸਾਬਕਾ ਫੌਜੀਆਂ ਦੇ ਵੱਲੋਂ ਮੰਤਰੀ ਮੀਤ ਹਰਦੇ ਦੇ ਘਰ ਦੇ ਅੱਗੇ ਪ੍ਰਦਰਸ਼ਨ ਕੀਤਾ ਗਿਆ ਤੇ ਉਸ ਮੌਕੇ ਸਾਬਕਾ ਫੌਜੀਆਂ ਦੇ ਵੱਲੋਂ ਪੰਜਾਬ ਸਰਕਾਰ ਦੇ ਵਿਰੁੱਧ ਨਾਰੇਬਾਜ਼ੀ ਕੀਤੀ ਗਈ ਸਾਬਕਾ ਫੌਜੀਆਂ ਦੇ ਪ੍ਰਦਰਸ਼ਨ ਨੂੰ ਦੇਖਦੇ ਹੋਏ ਕੈਬਨਟ ਮੰਤਰੀ ਦੀ ਕੋਠੀ ਦੇ ਨੇੜੇ ਵੱਡੀ ਗੰੰਟੀ ਦੇ ਵਿੱਚ ਪੁਲਿਸ ਫੋਰਸ ਤਾਇਨਾਤ ਕੀਤੀ ਗਿਆ ਜਿੱਥੇ ਪੁਲਿਸ ਅਤੇ ਸਾਬਕਾ ਫੌਜੀਆਂ ਦੇ ਵਿਚਕਾਰ ਤਕਰਾਰ ਹੋ ਗਈ ਇਸ ਮੌਕੇ ਤੇ ਪ੍ਰਦਰਸ਼ਨਕਾਰੀਆਂ ਸਾਬਕਾ ਫੌਜੀਆਂ ਦੇ ਵੱਲੋਂ ਕਿਹਾ ਗਿਆ ਕਿ ਪਿਛਲੀ ਕੈਪਟਨ ਸਰਕਾਰ ਦੇ ਵੱਲੋਂ 4300 ਸਾਬਕਾ ਸੈਨਿਕਾਂ ਨੂੰ ਜੀਓ ਜੀਜ ਬਲੋ ਤੇ ਨਾਤਾ ਕੀਤਾ ਗਿਆ ਸੀ ਜਿਸ ਤੋਂ ਬਾਅਦ ਸਰਕਾਰੀ ਵਿਭਾਗਾਂ ਦੇ ਵਿੱਚ ਰੈਸਬਤ ਕੋਰੀ ਘਟ ਗਈ ਪਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਸਰਕਾਰ ਬਣ ਤੋਂ ਬਾਅਦ 23 ਸਤੰਬਰ ਨੂੰ ਸਾਰੇ 4300 ਜੀਓ ਜੀਜ ਨੂੰ ਬਿਨਾਂ ਕੋਈ ਕਾਰਨ ਦੱਸੇ ਨੌਕਰੀ ਤੋਂ ਹਟਾ ਦਿੱਤਾ ਗਿਆ ਜਿਸ ਨੂੰ ਲੈ ਕੇ ਪੰਜਾਬ ਦੇ ਕੈਬਨਟ ਮੰਤਰੀ ਗੁਰਮੀਤ ਸਿੰਘ ਮੀਤ ਹੇਰ ਦੀ ਕੋਠੀ ਦਾ ਕਿਰਾਉ ਕੀਤਾ ਗਿਆ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਸਥਿਰ ਕੱਚਾ ਤੇਲ 92 ਡਾਲਰ ਪ੍ਰਤੀ ਬੈਰਲ ਦੇ ਨੇੜੇ ਯាន ਦੋਸਤੋ ਕਮਾਂਤਰੀ ਬਾਜ਼ਾਰ ਦੇ ਵਿੱਚ ਆ ਕੱਚਾ ਤੇਲ 92 ਡਾਲਰ ਪ੍ਰਤੀ ਬੈਰਲ ਦੇ ਨੇੜੇ ਹੈ ਤੇ ਪਿਛਲੇ 3 ਮਹੀਨਿਆਂ ਦੇ ਵਿੱਚ ਆ ਕੱਚੇ ਤੇਲ ਦੇ ਵਿੱਚ ਇੱਕ ਚੌਥਾਈ ਦੀ ਗਰਾਵਟਾਈਆ ਦਰਸਲ ਗਲੋਬਲ ਆਰਥਿਕ ਵਿਵਸਥਾ ਦੇ ਵਿੱਚ ਆ ਮੰਦੀ ਦੇ ਕਾਰਨ ਤੇਲ ਦੀ ਮੰਗ ਪ੍ਰਭਾਵਿਤ ਹੋਣ ਦੇ ਡਰ ਦੇ ਵਿਚਕਾਰ ਕੱਚੇ ਤੇਲ ਦੀ ਕੀਮਤ ਵਿੱਚ ਗਰਾਵਟਾਈਆ ਤੇ ਇਸ ਦੇ ਬਾਵਜੂਦ ਅਸ਼ਨੀਵਾਰ ਨੂੰ ਵੀ ਕਰੇਲੂ ਬਾਜ਼ਾਰ ਦੇ ਵਿੱਚ ਆ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਕੋਈ ਵੀ ਬਦਲਾਅ ਨਹੀਂ ਹੋਇਆ ਹੈ ਇੰਡੀਆਨ ਆਇਲ ਦੀ ਵੈਬਸਾਈਟ ਦੇ ਮੁਤਾਬਕ ਦਿੱਲੀ ਦੇ ਬੇਚਾ ਪੈਟਰੋਲ ਦੀ ਕੀਮਤ 96 ਰੁਪਏ 72 ਪੈਸੇ ਪ੍ਰਤੀ ਲੀਟਰ ਹਤੇ ਡੀਜ਼ਲ ਦੀ ਕੀਮਤ ਤਾਂ 99 ਰੁਪਏ 62 ਪੈਸੇ ਪ੍ਰਤੀ ਲੀਟਰ ਹਤੇ ਮਾਇ ਨਗਰੀ ਮੁੰਬਈ ਦੇ ਬੇਚਾ ਪੈਟਰੋਲ ਦੀ ਕੀਮਤ ਤਾਂ 100 ਰੁਪਏ 31 ਪੈਸੇ ਪ੍ਰਤੀ ਲੀਟਰ ਹਤੇ ਡੀਜ਼ਲ ਦੀ ਕੀਮਤ ਤਾਂ 94 ਰੁਪਏ 27 ਪੈਸੇ ਪ੍ਰਤੀ ਲੀਟਰ ਹੈ ਇਸ ਤੋਂ ਪਹਿਲਾਂ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਪੈਟਰੋਲ ਵਿੱਚ 11 ਰੁਪਏ ਦੀ ਕਟੌਤੀ ਕੀਤੀ ਗਿਆ ਜਦਕਿ ਡੀਜ਼ਲ ਦੇ ਵਿੱਚ 6 ਰੁਪਏ ਦੀ ਕਟੌਤੀ ਕੀਤੀ ਗਈ ਸੀ ਪਾਰ ਉਸ ਤੋਂ ਬਾਅਦ ਕੀਮਤਾਂ ਲਗਾਤਾਰ ਸਥਿਰ ਚੱਲ ਰਹੀਆਂ ਹਨ